ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦੀਪਦਮ ਟੀਵੀ ਚੈਨਲ ਤੇ ਅੱਜ ਤੁਹਾਨੂੰ ਉਸ ਸ਼ਖਸੀਅਤ ਨਾਲ ਮਿਲਾ ਰਹੇ ਹਾਂ ਬਾਪੂ ਗੁਰਚਰਨ ਸਿੰਘ ਸਾਰਿਆਂ ਦੇ ਪਿਤਾ ਜੀ ਨੇ ਕਿਉਂਕਿ ਸਾਡੇ ਅਕਾਲ ਤਖਤ ਦੇ ਜਥੇਦਾਰ ਜੀ ਦੇ ਪਿਤਾ ਜੀ ਨੇ ਆਓ ਉਹਨਾਂ ਨਾਲ ਤੁਹਾਡੀ ਮੁਲਾਕਾਤ ਅੱਜ ਕਰਵਾਉਣੀ ਹੈ। ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚੇ ਬਾਰੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ ਜਿਹੜਾ ਕੌਮੀ ਮੁੱਦਿਆਂ ਨੂੰ ਲੈ ਕੇ 7 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਲੱਗਿਆ ਕਿਉਂਕਿ ਸਰਕਾਰਾਂ ਇਹ ਜਿਹੜੇ 4 ਮੁੱਦਿਆਂ ਦੇ ਮੋਰਚਾ ਲੱਗਿਆ 3 ਮੁੱਦੇ ਸਰਕਾਰ ਨਾਲ ਸੰਬੰਧਿਤ ਹੈ ਤੇ 4ਥਾ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਇਹਨਾਂ 4 ਮੁੱਦਿਆਂ ਤੇ ਲਗਾਤਾਰ 2015 ਤੋਂ ਸਰਕਾਰਾਂ ਨਾਲ ਰਾਬਤਾ ਕੀਤਾ ਗਿਆ, ਇਨਸਾਫ ਲੈਣ ਦੀ ਮੰਗ ਕੀਤੀ ਗਈ, ਪਰੰਤੂ ਅੱਜ ਤੱਕ ਸਰਕਾਰਾਂ 3 ਸਰਕਾਰਾਂ ਹੋ ਚੁੱਕੀਆਂ। ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਜਿਸ 'ਚ ਇਹ 3 ਮੁੱਦੇ ਤਕਰੀਬਨ 4ੇ ਮੁੱਦੇ ਅਕਾਲੀ ਦਲ ਨਾਲ ਸੰਬੰਧਿਤ ਹੈ, ਪਰ ਅਕਾਲੀ ਦਲ ਦੀ ਸਰਕਾਰ ਨੇ ਇਨਸਾਫ ਦੇਣ ਦੀ ਬਜਾਏ ਇਹਨਾਂ ਮੁੱਦਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਵੱਲੋਂ ਇਹ ਮਸਲੇ ਉਠਾਏ ਗਏ, ਜਾਂ ਮੈਂ ਗੱਲ ਕਰਾਂ 2015 'ਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੋਈ ਉਸ ਟਾਈਮ ਅਕਾਲੀ ਦਲ ਦੀ ਸਰਕਾਰ ਸੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਉਹਨੇ ਇਨਸਾਫ ਦੇਣ ਦੀ ਬਜਾਏ ਦੋਸ਼ੀਆਂ ਨੂੰ ਟਰੇਸ ਕਰਨ ਦੀ ਬਜਾਏ ਦੋਸ਼ੀਆਂ ਦਾ ਹੀ ਪੱਖ ਪੂਰਿਆ। ਬਿਲਕੁਲ, ਜਿਹੜੇ ਸਰਸਾ ਸੌ ਦੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਉਹਨਾਂ ਪਵਿੱਤਰ ਅੰਗ ਗਲੀਆਂ 'ਚ ਖਿਲਾਰੇ, ਬੇਅਬਦੀ ਕੀਤੀ, ਉਹਨਾਂ ਨੂੰ ਉਸ ਟਾਈਮ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਵੀ ਉਹਨਾਂ ਨੂੰ ਟਰੇਸ ਕਰਦੀ, ਉਹਨਾਂ ਦੇ ਖਿਲਾਫ ਸਖ਼ਤ ਕੇਸ ਦਰਜ ਕਰਦੀ, ਸਾਰੀ ਉਹਨਾਂ ਤੋਂ ਪੜਤਾਲ ਹੁੰਦੀ, ਸਗੋਂ ਸਰਕਾਰ ਵੱਲੋਂ ਉਹ ਦਬਾਇਆ ਗਿਆ। ਉਸ ਤੋਂ ਬਾਅਦ ਜਦ ਸੰਗਤਾਂ ਕੋਟਕਪੂਰੇ ਤੇ ਬਹਿਬਲ ਕਲਾਂ ਵਿੱਚ ਉਸ ਬੇਅਬਦੀ ਦਾ ਇਨਸਾਫ ਮੰਗਣ ਲਈ ਸ਼ਾਂਤਮਈ ਧਰਨਾ ਦੇ ਰਹੀਆਂ ਸੀ, ਉਹਨਾਂ ਤੇ ਡਾਂਗਾਂ ਵਰਾਈ ਗਈਆਂ, ਪਾਣੀ ਦੀ ਵਿਛਾੜਾ, ਗੋਲੀ ਚਲਾਈ ਗਈ, ਦੋ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਪਰੰਤੂ ਉਹਨਾਂ ਸਿੰਘਾਂ ਦਾ ਵੀ ਅਜੇ ਤੱਕ ਸਰਕਾਰ ਨੇ ਇਨਸਾਫ ਨਹੀਂ ਦਿੱਤਾ। ਬਿਲਕੁਲ, ਉਹ ਵੀ ਅਕਾਲੀ ਦਲ ਦੇ ਹੀ ਸਰਕਾਰ ਦੇ ਸਮੇਂ ਹੀ ਵਾਪਰਿਆ। ਬਿਲਕੁਲ, ਫਿਰ ਤੀਜਾ ਮੁੱਦਾ ਜਿਹੜਾ ਉਹ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਮੇਲ ਖਾਂਦਾ ਕਿਉਂਕਿ ਸ਼੍ਰੋਮਣੀ ਕਮੇਟੀ ਤੇ ਜਿਹੜਾ ਅੱਜ ਕਬਜ਼ਾ ਉਹ ਸੰਗਤਾਂ ਮੰਨ ਰਹੀਆਂ ਵੀ ਬਾਦਲ ਪਰਿਵਾਰ ਦਾ ਕਬਜ਼ਾ, ਜੋ ਵੀ ਫੈਸਲਾ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਿਆ ਜਾਂਦਾ, ਉਹ ਬਾਦਲ ਪਰਿਵਾਰ ਦੇ ਹੁਕਮ ਅਨੁਸਾਰ ਹੀ ਲਿਆ ਜਾਂਦਾ। ਬਿਲਕੁਲ, ਸੋ ਇਸ ਕਰਕੇ ਉਹ ਮੁੱਦਾ ਵੀ ਇਹਨਾਂ ਨਾਲ ਸੰਬੰਧਿਤ ਸੀ। ਉਹਨਾਂ ਨੇ ਇਨਸਾਫ ਦੇਣ ਦੀ ਬਜਾਏ ਜਿਹੜੀ ਅਗਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਉਹਨੇ ਵੀ ਸਰਕਾਰ ਬਣਨ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਇਹਨਾਂ ਮੁੱਦਿਆਂ ਦਾ ਮੈਂ ਜਲਦੀ ਹੱਲ ਕਰਾਂਗਾ, ਇਹਨਾਂ ਦਾ ਇਨਸਾਫ ਸੰਗਤਾਂ ਨੂੰ ਦੇਵਾਂਗਾ। ਬਿਲਕੁਲ, ਪਰੰਤੂ ਉਹਦੀ ਵੀ 5 ਸਾਲ ਸਰਕਾਰ ਰਹਿ ਕੇ ਚਲੀ ਗਈ, ਉਹਨਾਂ ਨੇ ਵੀ 1% ਇੱਥੇ ਇਨਸਾਫ ਨਹੀਂ ਦਿੱਤਾ। ਹੁਣ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਨੇ ਵੀ ਵਾਅਦਾ ਕੀਤਾ ਸੀ, ਪਰੰਤੂ ਸਾਲ ਤੋਂ ਉੱਤੇ ਹੋ ਗਿਆ ਸਰਕਾਰ ਬਣੀ ਨੂੰ, ਅੱਜ ਤੱਕ ਉਹ ਵੀ ਇਨਸਾਫ ਨਹੀਂ ਦੇ ਸਕੇ। ਇਸ ਕਰਕੇ ਸਰਕਾਰਾਂ ਦੀ ਮਜਬੂਰੀ ਕੀ ਹੈ, ਉਹ ਦੋਸ਼ੀਆਂ ਦਾ ਹੀ ਪੱਖ ਪੂਰ ਰਹੇ ਹੈ ਸੰਗਤਾਂ ਨੂੰ। ਇਹ ਇਨਸਾਫ ਲੈਣ ਲਈ ਸੰਗਤਾਂ 'ਚ ਇਸ ਗੱਲ ਦੀ ਸੰਗਤਾਂ ਨੂੰ ਜਾਗਰੂਕ ਕਰਾਉਣ ਵਾਸਤੇ ਅਸੀਂ ਇਹ ਕੌਮੀ ਇਨਸਾਫ ਮੋਰਚਾ ਲਾਇਆ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਵੀ ਇੱਕ ਤਾਂ ਸਰਕਾਰਾਂ ਦੀ ਨੀਤੀ ਕੀ ਹੈ, ਕਿਉਂਕਿ ਜਿਸ ਤਰ੍ਹਾਂ ਪਿਛਲੀ ਸਰਕਾਰ ਇਸ ਸਰਕਾਰ ਦੀ ਵੀ ਨੀਤੀ ਉਹੀ ਹੈ। ਉਹੀ ਹੈ ਤੇ ਭਾਈ ਸਾਹਿਬ, ਜਿਹੜਾ ਰਾਜੇਆਣ ਦਾ ਬਿਆਨ ਆਇਆ ਵਾ ਪਿੱਛੇ ਵੀ ਤੁਸੀਂ ਇੱਕ ਧੜੇ ਨਾਲ ਸੰਬੰਧ ਰੱਖਦੇ ਹੋ, ਤੁਸੀਂ ਬੰਦੀ ਸਿੰਘਾਂ ਨੂੰ ਮੈਂ ਅਕਾਲੀ ਹਾਂ, ਉਹਦੇ ਬਾਰੇ ਕੀ ਕਹਿਣਾ? ਦੇਖੋ ਹੁਣ ਸਾਨੂੰ ਤਾਂ ਸਾਡਾ ਧੜਾ ਜਿਸ ਦਿਨ ਤੋਂ ਇਹ ਕੌਮੀ ਇਨਸਾਫ ਮੋਰਚਾ ਲਾਇਆ ਗੁਰੂ ਗ੍ਰੰਥ ਸਾਹਿਬ ਕਿਉਂ ਇਸ ਮੋਰਚੇ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਕਰ ਰਹੇ ਹੈ, ਉਸ ਦਿਨ ਤੋਂ ਹੀ ਮੋਰਚੇ 'ਚ ਪ੍ਰਕਾਸ਼ ਹੈ। ਹੁਣ ਸਾਨੂੰ ਤਾਂ ਪਤਾ ਨਹੀਂ ਵੀ ਉਹ ਕਿਹੜੇ ਧੜੇ ਦੀ ਗੱਲ ਕਰ ਰਿਹਾ, ਕਿਹੜੇ ਧੜੇ ਬਾਰੇ ਪੁੱਛ ਰਿਹਾ, ਆਪਣੇ ਆਪ ਨੂੰ ਕਹਿ ਰਿਹਾ ਮੈਂ ਅਕਾਲੀ ਹੈ ਅਕਾਲੀ ਰਹਾਂਗਾ, ਉਹ ਮੈਂ ਉਸ ਨੂੰ ਵੀ ਇਹ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ ਤੁਸੀਂ ਸਪਸ਼ਟ ਕਰਿਓ ਕਿਹੜੇ ਅਕਾਲੀ ਸ਼ਬਦ ਦੀ ਤੁਸੀਂ ਵਰਤੋਂ ਕਰਦੇ ਹੋ, ਬਾਦਲ ਵਾਲੇ ਅਕਾਲੀ ਦੀ ਵਰਤੋਂ ਬਾਰੇ ਪੁੱਛ ਰਹੇ ਹੈ। ਬਿਲਕੁਲ, ਉਹ ਕੀ ਉਸ ਅਕਾਲੀ ਦਲ ਦੀ ਜਿਸ ਅਕਾਲੀ ਦਲ ਦੀ ਸਰਕਾਰ ਸਮੇਂ 2015 'ਚ ਬੇਅਬਦੀਆਂ ਹੋਈਆਂ,
ਬਹਿਬਲ ਕਲਾਂ ਗੋਲੀ ਕਾਂਡ ਹੋਇਆ ਬਿਲਕੁਲ ਉਸ ਅਕਾਲੀ ਦਲ ਨੇ 328 ਸਰੂਪ ਲਾਪਤਾ ਕਰੇ ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਦੋਂ ਵੀ ਆਵਾਜ਼ ਉੱਠੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੀ ਉਸ ਅਕਾਲੀ ਦਲ ਨੇ ਮੈਨੂੰ ਇਹੀ ਨਹੀਂ ਸਪਸ਼ਟ ਕਰਨ ਵੀ ਉਹ ਕਿਹੜੇ ਅਕਾਲੀ ਸ਼ਬਦ ਦੀ ਪਰਿਭਾਸ਼ਾ ਦੀ ਉਹ ਕਰ ਰਹੇ ਹੈ ਜੀ ਜੀ ਇਸ ਅਕਾਲੀ ਦਲ ਦੇ ਵਿੱਚ ਆ ਤੁਸੀਂ ਫਿਰ ਤੁਸੀਂ ਅੰਦਰ ਹੀ ਰਹਿਣੇ ਚਾਹੀਦੇ ਆ ਕਹਿਣਾ ਚਾਹੁੰਦੇ ਹੋ ਜਿਹਦੇ ਬਾਦਲ ਵਾਲੇ ਅਕਾਲੀ ਦਲ ਦੇ ਤੁਸੀਂ ਹੈਗੇ ਆ ਮਾਇਤੀ ਗਏ देखो उन्हां दी जिहड़ी मनसा ना इसे तरह तार पीड़ो करके भावें उन्हां नूं गमराह करके वह यही है भी ये जिहड़े बंदी सिंह है वह अंदरे रहन जिहदा जगतार सिंह हवारा दी लोक प्रियता ते संगतां दा प्यार करके ये सियासी बंदिआं नूं अंदरों यही डर है भी जे वह बाहर आ जाए ਸੰਗਤਾਂ ਉਹਨਾਂ ਨੂੰ ਆਪਣਾ ਲੀਡਰ ਹੈ ਜਿਹੜਾ ਉਹ ਤਸਲੀਮ ਕਰਦੀਆਂ ਇਹਨਾਂ ਨੂੰ ਡਰ ਇਹੀ ਹੈ ਸਿਆਸੀ ਮਜਬੂਰੀ ਹੈ ਇਹਨਾਂ ਦੀ ਇਹ ਬਾਰ ਬਾਰ ਇਸ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਖਾਸ ਕਰਕੇ ਉਹ ਅਕਾਲੀ ਦਲ ਜੀ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹੈ ਉਹ ਬਾਰ ਬਾਰ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਰਿਹਾ ਇਸ ਮੋਰਚੇ ਦੇ ਵਿਰੁੱਧ ਭਾਈ ਸਾਹਿਬ ਜੀ ਇੱਥੇ ਜਿਵੇਂ ਅਕਾਲੀ ਦਲ ਦੇ ਲੀਡਰ ਵੀ ਆਉਂਦੇ ਹੋਣਗੇ ਤੁਹਾਡੇ ਕੋਲ ਸਟੇਜ ਤੇ ਪ੍ਰਧਾਨ ਵੀ ਆਉਂਦੇ ਹੋਣਗੇ ਜਾਂ ਉਹਨਾਂ ਦੇ ਮੈਂਬਰ ਵੀ ਉਹਨਾਂ ਨੂੰ ਵੀ ਟਾਈਮ ਦਿੱਤਾ ਹੁੰਦਾ ਸਟੇਜ ਤੇ ਦੇਖੋ ਜੇ ਮੈਂ ਗੱਲ ਕਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇੱਥੇ ਆਏ ਸੀ ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਸਿੰਖਾਂ ਦੀ ਜਿਹੜੀ ਬੜੀ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਸੀ ਅਸੀਂ ਸਤਿਕਾਰ ਕਰਦੇ ਹਾਂ ਪ੍ਰਧਾਨ ਵਜੋਂ ਵੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਰੰਤੂ ਉਹ ਇੱਕ ਪਰਿਵਾਰ ਨਾਲ ਸੰਬੰਧਿਤ ਪਰਿਵਾਰ ਦਾ ਹੁਕਮ ਮੰਨ ਕੇ ਉਸ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਚਲਾਣ ਕਰਕੇ ਪਿਛਲੇ ਸਮਿਆਂ 'ਚ ਲਏ ਗਏ ਗਲਤ ਫੈਸਲਿਆਂ ਕਰਕੇ ਉਹ ਫੈਸਲਿਆਂ ਦਾ ਵਿਰੋਧ ਹੋਇਆ ਨਾ ਕਿ ਉਹਨਾਂ ਦਾ ਹੋਇਆ ਅਸੀਂ ਸਤਿਕਾਰ ਸਟੇਜ ਤੋਂ ਉਹਨਾਂ ਨੂੰ ਪੂਰਾ ਸਤਿਕਾਰ ਦਿੱਤਾ ਉਹਨਾਂ ਨੂੰ ਬੁਲਾਇਆ ਗਿਆ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਬੀਬੀ ਜਗੀਰ ਕੌਰ ਵੀ ਆਉਣਾ ਚਾਹੁੰਦੀ ਸੀਗੀ ਦੇਖੋ ਨਮਾਣਾ ਸਿੱਖ ਵਜੋਂ ਆ ਕੇ ਇੱਥੇ ਕੋਈ ਵੀ ਆ ਸਕਦਾ ਜੀ ਆਇਆਂ ਨੂੰ ਪਰ ਜੇ ਕਿਸੇ ਕੋਈ ਵੀ ਇੱਥੇ ਮੈਨੂੰ ਪ੍ਰਧਾਨ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇ ਮੈਨੂੰ ਮੈਂ ਕਿਸੇ ਤਰ੍ਹਾਂ ਦਾ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰੇ ਉਹ ਇੱਥੇ ਬਿਲਕੁਲ ਨਹੀਂ ਹੋਏਗਾ ਨਮਾਣੇ ਸਿੱਖ ਵਜੋਂ ਜਿਹੜਾ ਮਰਜ਼ੀ ਇੱਥੇ ਆ ਸਕਦਾ ਉਹਨੂੰ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਜੀ ਆਇਆਂ ਕਿਸਾਨ ਜਥੇਬੰਦੀਆਂ ਸਹਿਯੋਗ ਦੇ ਰਹੀਆਂ ਨੇ ਪੂਰਾ ਦੇ ਰਹੀਆਂ ਜੀ ਦੇਖੋ ਕਿਸਾਨ ਜਥੇਬੰਦੀਆਂ ਜਿੱਥੇ ਉਹ ਕਿੱਤੇ ਦੇ ਤੌਰ ਤੇ ਕਿਸਾਨ ਹੈ ਪਰ ਉਹ ਸਿੱਖ ਵੀ ਹੈ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਹਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਜਿਹੜਾ ਉਹ ਚੌਂ ਵਰਨਾਂ ਨੂੰ ਸਾਂਝਾ ਉਹ ਚੌਂ ਵਰਨ ਸਮਝਦੇ ਆ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਵੀ ਹੈ ਜਿਹੜੇ ਇਸ ਨੂੰ ਮੰਨਦੇ ਆ ਗੁਰਬਾਣੀ ਤੇ ਵਿਸ਼ਵਾਸ ਕਰਦੇ ਆ ਪਰ ਜਿਵੇਂ ਜਿਵੇਂ ਦਿੱਲੀ ਦੇ ਵਿੱਚ ਜਿੰਨੀ ਗਈ ਸੀਗੀ ਕਿਸਾਨ ਮੋਰਚੇ ਦੇ ਵਿੱਚ ਸੰਗਤਾਂ ਗਈਆਂ ਜਦੋਂ ਬਗਰਾੜੀ ਕਾਂਡ ਦੇ ਉੱਤੇ ਧਰਨਾ ਲੱਗਾ ਉੱਥੇ ਇੰਨੀ ਸੰਗਤ ਨਹੀਂ ਸੀ ਗਈ ਜਿੰਨੀ ਦਿੱਲੀ 'ਚ ਗਈ ਸੀਗੀ ਦੇਖੋ ਇਹਦੇ ਕਈ ਕਾਰਨ ਹੈ ਉਸ ਟਾਈਮ ਇੱਕ ਤਾਂ ਮੈਂ ਸਪਸ਼ਟ ਕਰਦਿਆਂ ਵੀ ਜਿਹੜਾ ਉੱਥੇ ਖੁੱਲ੍ਹਾ ਪਹਿਰਾ ਸੀ ਜਿਹੜਾ ਖਾਣ ਪੀਣ ਵਾਲੇ ਸੀ ਕੋਈ ਮਜਬੂਰ ਉਹ ਰਹਿ ਨਹੀਂ ਸਕਦੇ ਉਹ ਉੱਥੇ ਬਹੀਰਾਂ ਘੱਤ ਕੇ ਜਾਂਦੇ ਰਹੇ ਚਲੋ ਸਾਡੇ ਹੱਕਾਂ ਦੀ ਲੜਾਈ ਸੀ ਕਿਸਾਨ ਵਿਰੋਧੀ ਬਿੱਲਾਂ ਨੂੰ ਖਤਮ ਕਰਨ ਵਾਸਤੇ ਲੜਾਈ ਸੀ ਉਸ ਵਿੱਚ ਕਿਸਾਨਾਂ ਨੇ ਮਜ਼ਦੂਰਾਂ ਨੇ ਹਰ ਜਥੇਬੰਦੀ ਨੇ ਕਿਉਂਕਿ ਜੇ ਖੇਤੀ ਇਹ ਖਤਮ ਹੋ ਗਈ ਤਾਂ ਪੰਜਾਬ ਦਾ ਜਿਹੜਾ 80% ਮੁੱਖ ਕੀਤਾ ਉਹ ਖੇਤੀ ਹੈ ਇਸ ਕਰਕੇ ਉਹਨਾਂ ਬਿੱਲਾਂ ਨੂੰ ਖਤਮ ਕਰਾਉਣ ਵਾਸਤੇ ਉੱਥੇ ਸੰਗਤਾਂ ਪਹੁੰਚੀਆਂ ਪਰ ਥੋੜਾ ਜਿਹਾ ਖੁੱਲਾ ਪਹਿਰਾ ਹੋਣ ਕਰਕੇ ਉੱਥੇ ਸੰਗਤਾਂ ਧੜਾ ਧੜ ਜਾ ਰਹੀਆਂ ਸੀ ਇੱਥੇ ਅਸੀਂ ਦੇਖਿਆ ਵੀ ਜਿਹੜੇ ਥੋੜਾ ਜਿਹਾ ਕੋਈ ਖਾਣ ਪੀਣ ਵਾਲੇ ਆ ਨਾ ਉਹ ਇੱਥੇ ਝਿਜਕ ਕਰਦੇ ਆ ਕਿ ਸਾਨੂੰ ਇਸ ਤਰ੍ਹਾਂ ਦੀ ਕਿਉਂਕਿ ਇਹ ਪੰਥਕ ਮੁੱਦੇ ਆ ਪੰਥਕ ਸਟੇਜ ਹੈ ਵੀ ਇਸ ਤੋਂ ਡਰਦੇ ਥੋੜਾ ਜਿਹਾ ਨਹੀਂ ਆ ਰਹੇ ਹੋਰ ਕੋਈ ਨਹੀਂ ਵਰਨਾ ਸਿੱਖ ਜਿਹੜੇ ਉਹ ਹਰ ਇੱਕ ਮਜ਼ਹਬ ਦਾ ਇੱਥੇ ਆ ਰਿਹਾ ਬਹੀਰਾਂ ਘੱਤ ਕੇ ਜਿਹੜੇ ਅਜੇ ਤੋਂ ਘਰਾਂ ਚੋਂ ਨਹੀਂ ਨਿਕਲੇ ਜਾਂ ਅਜੇ ਜੱਕੋ ਤੱਕੇ ਕਰ ਰਹੇ ਨੇ ਸਾਡੀ ਕੌਮ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਖਰੀ ਸਵਾਲ ਦੇਖੋ ਸਾਡੀ ਬਾਰ ਬਾਰ ਇਹੀ ਅਪੀਲ ਹੈ ਵੀ ਇੱਕ ਫਰਜ਼ ਬਣਦਾ ਆਪਣਾ ਜਦੋਂ ਦੇਖੋ ਸਿੱਖ ਨੂੰ ਜਾਂ ਗੈਰ ਸਿੱਖ ਨੂੰ ਜਿਹੜਾ ਵੀ ਵਿਸ਼ਵਾਸ ਰੱਖਦਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲੈਣ ਲਈ ਇਹ ਮੋਰਚਾ ਲੱਗਿਆ ਸੋ ਹਰ ਇੱਕ ਦਾ ਫਰਜ਼ ਬਣਦਾ ਜਿਹੜਾ ਇਸ ਮੋਰਚੇ 'ਚ ਆ ਕੇ ਆਪਣੀ ਹਾਜ਼ਰੀ ਲਵਾਵੇ ਤਾਂ ਕਿ ਸਰਕਾਰ ਤੋਂ ਅਸੀਂ ਆਪਣੇ ਹੱਕ ਲੈ ਸਕੀਏ ਬਹੁਤ ਵਧੀਆ ਸੀ ਇਹ ਸਨ ਬਾਪੂ ਗੁਰਚਰਨ ਸਿੰਘ ਜੀ ਜਿਨ੍ਹਾਂ ਦੇ ਪੁੱਤਰ ਨੂੰ ਤਕਰੀਬਨ ਉਮਰ ਹੀ ਅੰਦਰ ਲੰਘ ਚੱਲੀ ਆ ਉਹਨਾਂ ਦੇ ਇਕੱਲੇ ਉਹੀ ਨਹੀਂ ਜਿਹੜੇ ਹੋਰ ਵੀ ਸਾਡੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾਅ ਕਰਨ ਵਾਸਤੇ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਅਤੇ ਵੱਧ ਤੋਂ ਵੱਧ ਇਹਦੇ ਵਿੱਚ ਯੋਗਦਾਨ ਪਾਓ ਵੱਧ ਤੋਂ ਵੱਧ ਇਹਦੇ ਵਿੱਚ ਆਓ ਸ਼ਿਰਕਤ ਕਰੋ ਔਰ ਇਹ ਕੌਮੀ ਮੋਰਚੇ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਵੋ ਤੁਸੀਂ ਦੇਖ ਰਹੇ ਹੋ ਦੀਪ ਦਮਨ ਟੀਵੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਾ।